ਐਨਆਈਏ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਵੱਡਾ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਬਠਿੰਡਾ ਦੇ ਵਿੱਚ ਗੈਂਗਸਟਰ ਹੈਰੀ ਮੋੜ ਦੇ ਘਰ ਐਨਆਈਏ ਦੀ ਵੱਲੋਂ ਰੇਡ ਕੀਤੀ ਗਈ ਹੈ ਤੇ ਛਾਪੇਮਾਰੀ ਕੀਤੀ ਗਈ ਹੈ। ਘਰ ਦੀ ਤਲਾਸ਼ੀ ਲਈ ਜਾ ਰਹੀ ਹੈ, ਪਰਿਵਾਰ ਦੇ ਕੋਲੋਂ ਵੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸਵੇਰੇ 5 ਵਜੇ ਤੋਂ ਹੀ ਐਨਆਈਏ ਦੇ ਵੱਲੋਂ ਜਿਹੜੀ ਹੈ ਤੜਕਸਾਰ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਬਠਿੰਡਾ ਦੇ ਵਿੱਚ ਗੈਂਗਸਟਰ ਹੈਰੀ ਮੋੜ ਦੇ ਘਰ ਐਨਆਈਏ ਦੇ ਵੱਲੋਂ ਜਿਹੜੀ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ। ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਆ, ਹਰ ਚੀਜ਼ ਦੀ ਜਿਹੜੀ ਆ ਉਹ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸੂਰਜ ਪ੍ਰਕਾਸ਼ ਬਠਿੰਡਾ ਤੋਂ, ਉਹਨਾਂ ਨਾਲ ਗੱਲਬਾਤ ਕਰਦੇ ਆ, ਜਾਣਕਾਰੀ ਜਿਹੜੀ ਆ ਹੋਰ ਲੈ ਲੈਂਦੇ ਹਾਂ ਕਿ ਐਨਆਈਏ ਦੇ ਵੱਲੋਂ ਬਠਿੰਡਾ ਦੇ ਵਿੱਚ ਗੈਂਗਸਟਰ ਜਿਹੜਾ ਹੈਰੀ ਮੋੜ ਆ ਉਸਦੇ ਘਰ ਐਨਆਈਏ ਦੇ ਵੱਲੋਂ ਸਵੇਰ ਤੋਂ ਹੀ ਛਾਪੇਮਾਰੀ ਜਿਹੜੀ ਆ ਕੀਤੀ ਜਾ ਰਹੀ ਹੈ। ਜੀ ਸੂਰਜ ਜੀ, ਦੇਖੋ ਬਾਬਾ, ਸਭ ਤੋਂ ਪਹਿਲੇ ਇਸ ਵਕਤ ਜਿਹੜੀ ਅਪਡੇਟ ਹੋਈ ਹੈ ਇਸ ਪੂਰੇ ਮਾਮਲੇ ਵਿੱਚ, ਉਸਦੀ ਗੱਲ ਦੱਸਦੀ ਹੈ ਕਿ ਐਨਆਈਏ ਵੱਲੋਂ ਜਿਹੜਾ ਗੈਂਗਸਟਰ ਹੈਰੀ ਹੈਗਾ ਹੈ, ਇਸਦੇ ਘਰ ਨੂੰ ਜਿਹੜਾ ਸੀਲ ਕਰ ਦਿੱਤਾ ਗਿਆ ਹੈ। ਘਰ ਦੇ ਵਿੱਚ ਜੋ ਲੋਕ ਲਾ ਰਹੇ ਉਸਦੇ ਤੇ ਸੀਲ ਜਿਹੜੀ ਹੈ ਲਗਾ ਦਿੱਤੀ ਗਈ ਹੈ। ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ, ਸਿੱਧੂ ਮੂਸੇਵਾਲਾ ਮਰਡਰ ਨਾਲ ਜੁੜੇ ਹੋਏ ਕੁੱਝ ਲੋਕ ਨੇ, ਜਿਸ ਤਰੀਕੇ ਨਾਲ ਸੋਨੀਪਤ ਦਾ ਇੱਕ ਵਿਅਕਤੀ ਹੈਗਾ, ਉਸਦੇ ਘਰੇ ਵੀ ਐਨਆਈਏ ਦੀ ਰੇਡ ਕੀਤੀ ਹੈ ਤੇ 1-2 ਵਿਅਕਤੀ ਹੋਰ ਨੇ ਜਿਹਨਾਂ ਦੇ ਘਰੇ ਐਨਆਈਏ ਦੀ ਰੇਡ ਹਾਲ ਦੀ ਘੜੀ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦਰਸ਼ਕਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਫਿਰੋਜ਼ਪੁਰ ਵਿੱਚ ਜਿਹੜਾ 3 ਜਗ੍ਹਾ ਦੇ ਉੱਤੇ ਜਿਹੜਾ ਹੈਗਾ ਐਨਆਈਏ ਦੀ ਰੇਡ ਜਿਹੜੀ ਕੀਤੀ ਗਈ ਹੈ ਤੇ ਸਾਥ ਇਹਦੇ ਨਾਲ ਜਿਹੜੀ ਹੈਗੇ ਹੈ ਪੁਲਿਸ ਦੇ ਅਧਿਕਾਰੀ ਉਹਦੇ ਨਾਲ ਮੌਜੂਦ ਰਹੇ ਨੇ। ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਜਿਹੜਾ ਹੈਗਾ ਉੱਥੇ ਸੁਖਦੀਪ ਸਿੰਘ ਦੇ ਘਰ ਐਨਆਈਏ ਨੇ ਰੇਡ ਕੀਤੀ ਹੈ ਅਤੇ ਜੋ ਉਸਦੀ ਪਤਨੀ ਹੈ ਉਸਨੇ ਕਿਹਾ ਕਿ ਨਸ਼ੇ ਨੂੰ ਲੈ ਕੇ ਇਹ ਰੇਡ ਜਿਹੜੀ ਹੈਗੀ ਹੈ ਕੀਤੀ ਗਈ ਹੈ। ਅਤੇ ਤੁਹਾਨੂੰ ਦੱਸ ਦਈ ਕਿ ਜਿਹੜਾ ਹੈਰੀ ਮੋੜ ਦੀ ਗੱਲ ਕੀਤੀ ਜਾਵੇ ਜੇਕਰ ਤਾਂ ਕੁਛ ਸਮਾਂ ਪਹਿਲਾਂ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਹੈਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀਗਾ। ਬਠਿੰਡਾ ਦੇ ਪਿੰਡ ਲਹਿਰਾ ਖੰਡਾ ਜਿਹੜਾ ਹੈਗਾ ਉੱਥੇ 2 ਕਤਲਾਂ ਦੇ ਮਾਮਲਿਆਂ ਅਤੇ ਮੋੜ ਮੰਡੀ ਦੇ ਸੁਨਿਆਰਾ ਤੋਂ ਫਰੋਤੀ ਮੰਗਣ ਦੇ ਮਾਮਲੇ ਵਿੱਚ ਜਿਹੜੇ ਕਈ ਇਸ ਮਾਮਲੇ ਤੇ ਜਿਹੜੇ ਨੇ ਉਹ ਹੈਰੀ ਤੇ ਦਰਜ ਨੇ। ਇਸਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਕਈ ਅਪਰਾਧਿਕ ਮਾਮਲੇ ਜਿਹੜੇ ਨੇ ਹੈਰੀ ਦੇ ਨਾਲ ਮੋੜ ਨਾਲ ਜੁੜੇ ਹੋਏ ਨੇ ਅਤੇ ਫਿਰੋਜ਼ਪੁਰ ਦੇ ਨਾਲ ਨਾਲ ਸੋਨੀਪਤ ਤੱਕ ਜਿਹੜਾ ਹੈਗਾ ਹਰਿਆਣਾ ਦਾ ਉੱਥੇ ਐਨਆਈਏ ਦੀ ਰੇਡ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ। ਕਈ ਥਾਵਾਂ ਦੇ ਉੱਤੇ ਰੇਡ ਹਾਲ ਦੀ ਘੜੀ ਚੱਲ ਰਹੀ ਹੈ ਤੇ ਹੈਰੀ ਮੋੜ ਦਾ ਘਰ ਜਿਹੜਾ ਹੈਗਾ ਉਸਨੂੰ ਸੀਲ ਕਰ ਦਿੱਤਾ ਗਿਆ ਹੈ। ਧੰਨਵਾਦ ਸੂਰਜ, ਹੋਰ ਅਪਡੇਟ ਲਈ ਜੁੜੇ ਰਹਾਂਗੇ ਤੁਹਾਡੇ ਨਾਲ। ਇਹ ਸੀ ਮੇਰੇ ਸਹਿਯੋਗੀ ਸੂਰਜ, ਇਹਨਾਂ ਨੇ ਜਾਣਕਾਰੀ ਦਿੱਤੀ ਕਿ ਅੱਜ ਤੜਕਸਾਰ ਤੋਂ ਹੀ ਐਨਆਈਏ ਦੇ ਵੱਲੋਂ ਗੈਂਗਸਟਰ ਹੈਰੀ ਮੋੜ ਦੇ ਘਰ ਜਿਹੜੀ ਆ ਉਹ ਰੇਡ ਕੀਤੀ ਜਾ ਰਹੀ ਹੈ ਤੇ ਤਲਾਸ਼ੀ ਲਈ ਜਾ ਰਹੀ ਹੈ, ਪਰਿਵਾਰ ਤੋਂ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਗੈਂਗਸਟਰ ਹੈਰੀ ਮੋੜ ਬਠਿੰਡਾ ਦਾ ਤੇ ਬਠਿੰਡੇ ਦੇ ਵਿੱਚ ਹੀ ਹੈਰੀ ਮੋੜ ਦੇ ਘਰ ਜਿਹੜੀ ਐਨਆਈਏ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ। ਐਨਆਈਏ ਨੇ ਹੈਰੀ ਮੋੜ ਦਾ ਘਰ ਜਿਹੜਾ ਉਹ ਸੀਲ ਕਰ ਦਿੱਤਾ ਹੈ ਤੇ ਕਈ ਸੰਗੀਨ ਜਿਹੜੇ ਦਰਜ ਅਪਰਾਧਿਕ ਮਾਮਲੇ ਜਿਹੜੇ ਆ ਸੰਗੀਨ ਅਪਰਾਧਿਕ ਮਾਮਲੇ ਦਰਜ ਨੇ ਹੈਰੀ ਮੋੜ ਤੇ ਉਹਨਾਂ ਦੇ ਘਰ ਜਿਹੜਾ ਅੱਜ ਹੈਰੀ ਮੋੜ ਦਾ ਜਿਹੜਾ ਘਰ ਵਾ ਉਹ ਸੀਲ ਕਰ ਦਿੱਤਾ ਗਿਆ ਤੇ ਕੁਝ ਸਮਾਂ ਪਹਿਲਾਂ ਹੀ ਐਨਆਈਏ ਦੇ ਵੱਲੋਂ ਵੀ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਉਹਦੇ ਘਰ ਤੇ ਜਿਹੜੀ ਆ ਰੇਡ ਕੀਤੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਗੈਂਗਸਟਰ ਹੈਰੀ ਮੋੜ ਦੇ ਘਰ ਐਨਆਈਏ ਦੇ ਵੱਲੋਂ ਰੇਡ ਜਿਹੜੀ ਆ ਉਹ ਕੀਤੀ ਗਈ ਹੈ।